ਕਿ ਸਾਡੀ ਹੌਸਲਾ ਸਾਡੀ ਹਿੰਮਤ ਵਧਾਈਏ ਇਲੈਕਸ਼ਨ ਦੇ ਫੈਸਲੇ ਇਹ ਦੂਜੇ ਸਮਾਨਾਂ ਤੇ ਲਿਖੇ ਨੇ ਜੋ ਅੱਲਾਹ ਤਾਲਾ ਨੂੰ ਮਨਜ਼ੂਰ ਹੈ ਉਹ ਹੀ ਹੋਣਾ ਹੈ ਮਗਰ ਇਸ ਤਰ੍ਹਾਂ ਦੇ ਸਾਥੀਆਂ ਦਾ ਮਿਲ ਜਾਣਾ ਇਹ ਵੀ ਕੁਝ ਇਸ਼ਾਰੇ ਹੁੰਦੇ ਨੇ ਇਨਸਾਨ ਦੀ ਫਤਿਹ ਦੇ ਤੇ ਇਨਸ਼ਾ ਅੱਲਾਹ ਤਾਲਾ ਫਤਿਹ ਇਹਨਾਂ ਦੀ ਨਈਮ ਰਜ਼ਾ ਸਾਹਿਬ ਦੀ ਔਰ ਚੌਧਰੀ ਮੂਸਾ ਲਾਈ ਦੀ ਪਾਕਿਸਤਾਨ ਮੁਸਲਿਮ ਲੀਗ ਕਾਇਦ ਆਜ਼ਮ ਦੀ ਇਹ ਇਸੇ ਤਰ੍ਹਾਂ ਹੀ ਸਾਥੀ ਸਾਡੇ ਨਾਲ ਸ਼ਾਮਲ ਹੁੰਦੇ ਰਹੇ ਅੱਗੇ ਚੱਲਦੇ ਰਹੇ ਮੁਖਲਸ ਦੋਸਤ ਸਾਡੇ ਨਾਲ ਰਹੇ ਤੇ ਕੋਈ ਇਹਦੇ ਵਿੱਚ ਇਬਾਮ ਦੀ ਗੱਲ ਨਹੀਂ ਜਿਸ ਤਰ੍ਹਾਂ ਨਈਮ ਸਾਹਿਬ ਨੇ ਕਿਹਾ ਉਹ ਸੋਮਨਾਥ ਦੇ ਬੁੰਜ ਬੁੱਤ ਜਿਹੜੇ ਨੇ ਉਹ ਆਪਣੇ ਆਪ ਹੀ ਟਹਿਣੇ ਜਾਣਗੇ ਇਨਸ਼ਾਅੱਲਾ ਮੈਂ ਇੱਕ ਵਾਰੀ ਫਿਰ ਰਾਜਾ ਸਾਹਿਬ ਦਾ ਉਹਨਾਂ ਦੇ ਸਾਥੀਆਂ ਦਾ ਉਹਨਾਂ ਦੋਸਤਾਂ ਦਾ ਇੰਤਹਾਈ ਮਸ਼ਹੂਰ ਹਾਂ ਉਹਨਾਂ ਦੇ ਵੱਡੇ ਭਾਈ ਸਾਹਿਬ ਦਾ ਇੰਤਹਾਈ ਮਸ਼ਹੂਰ ਹਾਂ ਕਿ ਉਹਨਾਂ ਵੀ ਸਾਡੀ ਬੜੀ ਹਿੰਮਤ ਵਧਾਈ ਔਰ ਸਾਡੇ ਕਾਫਲੇ 'ਚ ਉਹ ਸ਼ਾਮਲ ਹੋਏ ਅੱਜ ਅਸੀਂ ਜਿਸ ਮੰਜ਼ਿਲ ਵੱਲ ਜਾ ਰਹੇ ਹਾਂ ਮੈਂ ਸਮਝਣਾ ਇਹਦੇ ਵਿੱਚ ਉਹਨਾਂ ਦਾ ਕਿਰਦਾਰ ਜਿਹੜਾ ਉਹ ਬਣਾਇਆ ਵੇ ਮੈਂ ਉਹਨਾਂ ਨੂੰ ਵੀ ਖਰਾਜੇ ਤਸੀਨ ਪੇਸ਼ ਕਰਨਾ ਅਤੇ ਅੱਜ ਸਾਡਾ ਪੈਨਲ ਕੰਪਲੀਟ ਹੋ ਗਿਆ ਇਸ ਹਲਕੇ ਦਾ ਅਤੇ ਮੇਰਾ ਦਿਲ ਨਈਮ ਰਜ਼ਾ ਸਾਹਿਬ ਨੂੰ ਵੀ ਉਹ ਬੁਲਾਇਆ ਹੀ ਯਾਰ ਤੋ ਮੈਂ ਸਭ ਤੋਂ ਪਹਿਲੇ ਵਹਾਂ ਸੇ ਜ਼ਹਿਨ ਕਰਤਾ ਹੂੰ ਔਰ ਆਜ ਸੇ ਮੈਂ ਚੌਧਰੀ ਬਿਜਾ ਸਾਹਿਬ ਕੇ ਕਾਫਲੇ ਮੇਂ ਚੌਧਰੀ ਸ਼ੁਜਾ ਸਾਹਿਬ ਕੀ ਆਦਤ ਮੇਂ ਸ਼ਾਮਿਲ ਹੋਤਾ ਹੂੰ ਔਰ ਇਨਸ਼ਾ ਅੱਲਾਹ ਤਾਲਾ ਮੈਨੇ ਹਮੇਸ਼ਾ ਵੀ ਵਫਾ ਕੀ ਸਿਆਸਤ ਕੀ ਹੈ ਮੈਂ ਜੋ ਵੀ ਕਾਮ ਇਸਸੇ ਪਹਿਲਾਂ ਕੀਆ ਹੈ ਕਭੀ ਕਭੀ ਵੀ ਕਿਸੇ ਸੇ ਬੇਫਾਈ ਨਹੀਂ ਕੋਈ ਤੋ ਇਨਸ਼ਾ ਅੱਲਾਹ ਤਾਲਾ ਆਪਣੀ ਰਵਾਇਤ ਨੂੰ ਬਰਕਰਾਰ ਰੱਖਦੇ ਆਇਆ ਇਨਸ਼ਾ ਅੱਲਾਹ ਤਾਲਾ ਇਹਨਾਂ ਨਾਲ ਵੀ ਵਫਾ ਕਰਾਂਗੇ ਔਰ ਇਹਨਾਂ ਨਾਲ ਪੁਰਾਣਾ ਸਾਡਾ ਰਿਸ਼ਤਾ ਮੈਂ 5-6 ਦਫਾ ਮੈਂਬਰ ਜ਼ਿਲ੍ਹਾ ਕੌਂਸਲ ਹਾਂ ਔਰ ਇਹਨਾਂ ਦੇ ਘਰ ਦਾ ਸਾਡਾ ਪੁਰਾਣਾ ਤਲਕ ਹੈ ਤੋ ਇਨਸ਼ਾ ਅੱਲਾਹ ਤਾਲਾ ਜਿਹੜੇ ਇਲੈਕਸ਼ਨ ਮੌਜੂਦਾ ਆ ਰਹੇ ਨੇ ਇਨਸ਼ਾ ਅੱਲਾਹ ਤਾਲਾ ਜੋ ਸ਼ੁਜਾਅਤ ਦੀ ਕਿਆਦਤ 'ਚ ਇਸ ਇਲਾਕੇ ਦੀ ਨੁਮਾਇੰਦਗੀ ਕਰਾਂਗੇ ਔਰ ਇਸ ਵਾਮ ਦੀ ਅਦਾਲੇ ਜਾਵਾਂਗੇ ਔਰ ਜੋ ਵੀ ਵਾਮ ਫੈਸਲਾ ਕਰੇਗੀ ਸਾਨੂੰ ਕਬੂਲ ਹੋਏਗਾ ਬਾਕੀ ਮੈਂ ਚੌਧਰੀ ਬਜਾਜ ਸਾਹਿਬ ਨੂੰ ਦੁਬਾਰਾ ਖੁਸ਼ ਆਮਦੇਦ ਕਹਿਣਾ ਔਰ ਇਨਸ਼ਾ ਅੱਲਾਹ ਇਹਨਾਂ ਨੂੰ ਯਕੀਨ ਦਿਵਾਉਣਾ ਪਰ ਮੈਂ ਕਦੇ ਵੀ ਜਿਹੜਾ ਖੁਦ ਕੇ ਜਿਹੜਾ ਨਾ ਕਿਸੇ ਦੇ ਯਾਰਾ ਸਾਥ ਨਹੀਂ ਛੋੜਿਆ ਅਗਰ ਮੇਰਾ ਕੋਈ ਸਾਥ ਛੋੜ ਜਾਏ ਤਾਂ ਉਹ ਉਹਨਾਂ ਦੀ ਆਪਣੀ ਰਜ਼ਾ ਸਮਝਿਆ।